ਉਹ ਮੈਂ ਪੁੱਛਣੀ ਸੀ ਗੱਲ ਬਾਹਰਾਂ ਦੇ ਜਿਹੜੇ ਨੇ ਬਾਹਰੀ ਹੈ ਜਿਹੜੇ ਮੇਜਰ ਅਜ਼ੀਜ਼ ਭੱਟੀ ਦੇ ਵਾਲਿਦ, ਉਹਨਾਂ ਨਾਲ ਤੁਹਾਡੀ ਅਤੇ ਅੱਬੂ ਦੀ ਕਿਸ ਤਰ੍ਹਾਂ ਇੰਟਰੈਕਸ਼ਨ ਹੋਈ ਹਾਈ ਸਕੂਲ ਦੇ ਵਿੱਚ ਪੜ੍ਹਾਉਂਦੇ ਹੁੰਦੇ? ਮੇਰੇ ਤਾਂ ਵੈਸੇ ਇਹਨਾਂ ਨਾਲ ਖਾਨਦਾਨੀ ਤਲਕਾਤ ਥੋੜ੍ਹੇ ਬਹੁਤੇ, ਲੇਕਿਨ ਇਹ ਕਿ ਮੈਂ ਜਿਹੜੇ ਇਤਨੀ ਮਸ਼ਹੂਰੀ ਨਾ ਇਲਾਕੇ 'ਚ ਹੋਈ ਜੀ ਕਿ ਪਹਿਲੀ ਲੈ ਕੇ ਦਸਵੀਂ ਤੱਕ ਮਿਲੀਟਰ ਹੋਰ ਨੰਬਰ ਸ਼ੰਬਰ ਸਾਰੇ ਸਹੀ ਨੰਬਰ ਤਾਂ ਹੈ ਬਾਅਦ 'ਚ ਆਏ, ਤਾਂ ਮੈਂ 18 ਮਾਰਜਨ ਧਿਆਨ ਦੇ ਗਿਆ ਅਤੇ 49 ਸੀਟੀ ਵੀ ਲਾਇਆ। ਇਹ ਕਿਹੜੇ ਸਾਲ ਦੀ ਗੱਲ ਹੈ? ਇਹ 54 ਦੀ ਗੱਲ ਹੈ, 1954 ਦੀ। ਉਹਨਾਂ ਨੇ ਬੁਲਾ ਕੇ ਮੈਨੂੰ ਕਿਹਾ ਬਾਈ ਪਹਿਲੀ ਨੂੰ ਤੁਸੀਂ ਆ ਜਾਓ ਸਕੂਲ ਖੋਲ੍ਹਣਾ, ਅੱਗੋਂ ਸ਼ੁਰੂ ਕਰਨਾ 8ਵੀਂ ਦਾ, ਠੀਕ ਹੋ ਗਿਆ ਅਤੇ ਸਕੂਲ ਆ ਜਾਓ ਅਤੇ ਤੁਸੀਂ ਉੱਥੇ ਸ਼ੁਰੂ ਕਰੀਏ ਕੰਮ। ਬਿਲਕੁਲ ਸਹੀ। ਅਸੀਂ ਕੁਰਸੀਆਂ ਮੇਜ ਮੰਗ ਕੇ ਖੜ੍ਹੇ, ਜਿਹੜੇ ਕਮਰੇ ਦੇ ਉਹਨਾਂ ਨੂੰ ਦਰਵਾਜ਼ੇ ਕੋਈ ਨਹੀਂ ਲੱਗੇ, ਅੱਛਾ, ਨਾ ਕੋਈ ਫਰਸ਼ਿਆ ਪਿਆ, ਨਾ ਗੁੱਟੀ ਬੋਈ, ਕੋਈ ਚੀਜ਼ ਖਾਲੀ, ਸਿਰਫ ਛੱਤ ਪਿਆ। ਇਹ 6ਵੀਂ ਕਲਾਸ ਸ਼ੁਰੂ ਹੋਈ ਸੀ ਉਸ ਲਈ? 6ਵੀਂ ਅਤੇ 7ਵੀਂ ਦੋ ਜਮਾਤ। ਅੱਛਾ, ਦੋ ਜਮਾਤਾਂ। ਪ੍ਰਾਇਮਰੀ ਪਹਿਲਾਂ ਆਇਆ ਸੀ ਸਕੂਲ? ਉਸ ਪ੍ਰਾਇਮਰੀ ਸਕੂਲ ਆ, ਅਸੀਂ ਦੋ ਜਮਾਤਾਂ ਸ਼ੁਰੂ ਕੀਤੀਆਂ 6ਵੀਂ ਅਤੇ 7ਵੀਂ। ਠੀਕ ਹੋ ਗਿਆ। ਅਸੀਂ ਫਿਰ ਸਾਲ ਦੇ ਅੰਦਰ ਅੰਦਰ ਨਾ ਉਹਦੇ ਫਰਸ਼ ਵੀ ਪਾਇਆ, ਦਰਵਾਜ਼ੇ ਵੀ ਲਵਾਏ, ਆਪਣੀ ਮੇਜ਼ ਕੁਰਸੀਆਂ ਵੀ ਲੈਣੀਆਂ, ਹਰ ਕਮਰੇ 'ਚ ਘੜੀ ਰਖਾਈ, ਬੜੇ ਕੰਮ ਕੀਤੇ ਬੱਚਿਆਂ ਵਾਸਤੇ ਨਾ, ਫੁੱਟਬਾਲ, ਵਾਲੀਬਾਲ, ਜਿਹੜਾ ਸਾਰਾ ਖੇਡ ਹਾਕੀ ਬਾਲ ਖੇਡਣਾ ਸਾਰਾ ਅਸੀਂ ਦਾ ਅਸੀਂ ਇੱਥੇ ਮਨੋਸ ਕੀਤਾ ਨਾ, ਜਿਹੜਾ ਕੋਈ ਟੋਕੋ ਨਹੀਂ ਕਰ ਸਕਦਾ। ਇੱਧਰੋਂ ਮੇਲਾ ਆਇਆ ਅਤੇ ਮੇਲੇ 2 ਕਲਾਸਾਂ ਲੈ ਕੇ ਗਏ, ਲਾਈਨ ਬਣਾਈ ਲੈ ਕੇ ਗਏ, ਜਾ ਕੇ ਟੁਕੜਾ ਮਾਰਿਆ ਗਿਆ। ਅਸੀਂ ਇਤਨੀ ਐਕਟੀਵਿਟੀਜ਼ ਹੈ ਨਾ ਕਿ ਜਿਹਨਾਂ ਨੂੰ ਤੁਸੀਂ ਕਾਊਂਟ ਕਰਨਾ ਬੜਾ ਮੁਸ਼ਕਲ ਹੈ। ਮੇਰਾ ਸਕੂਲ ਦਾ ਮਾਮਲਾ ਸੀ, ਮੈਂ ਕਿਹਾ ਇਹਨਾਂ ਨੇ ਕਿਹਾ ਕਿ ਭਾਈ ਵੀ ਪੜ੍ਹਾਉਂਦੇ ਸਨ, ਤੁਹਾਡੇ ਵਾਲਦ ਸਾਹਿਬ ਪੜ੍ਹਾਉਂਦੇ ਸਨ, ਤੁਸੀਂ 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 ਵਾਲਦ ਸਾਹਿਬ ਤੋਂ ਪਹਿਲਾਂ ਪੜ੍ਹਾਉਂਦੇ ਰਹੇ? ਇਹ ਤੁਰ ਗਿਆ, ਮੈਂ ਨਾ ਬਾਅਦ 'ਚ ਨਾ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਗਏ ਨੇ, ਇਹਨਾਂ ਕੀਤਾ ਪੜ੍ਹਾਇਆ ਹੈ, ਹਾਂ, ਲੇਕਿਨ ਕਿਉਂ ਕਿਸ ਤਰ੍ਹਾਂ ਪੜ੍ਹਾਇਆ ਨੇ ਇਹ ਮੈਨੂੰ ਪਤਾ ਨਹੀਂ। ਹਾਂ, ਤੁਹਾਨੂੰ ਕਹਿੰਦੇ ਨੇ ਇੰਗਲਿਸ਼ ਪੜ੍ਹਾਉਂਦਾ ਨੇ ਮੈਂ ਉੱਥੇ, ਉਹ ਦੱਸਣਗੇ। ਮੈਂ ਜਿਹੜਾ ਅਤੇ ਮੈਂ ਵੀ ਆਪਣੇ ਮਤਲਬ ਜਿੱਦਾਂ ਜੇ ਮੈਂ ਰਿਹਾ ਨਾ, ਸ਼ਾਇਦ ਮੈਂ ਛੁੱਟੀਆਂ ਜਿਹੜੇ ਪਹਿਲੀ ਵਾਰ ਮੇਰੀ ਸੀ ਜੀ, ਪ੍ਰਾਇਮਰੀ ਛੁੱਟੀ, ਫਿਰ ਕਿਸੇ ਇੱਕ ਆਦਮੀ ਨੇ ਤੁਸੀਂ ਚਾਹੀਦੀ ਬਾਬਰਾਂ ਕੋਲ, ਮੈਂ ਉਹਨੂੰ ਬਾਹਰ ਨੂੰ ਕਿਹਾ ਬਾਬਰਾਂ ਕਿਹਾ ਮੈਂ ਪੜ੍ਹਾਵਾਂ, ਅਤੇ ਕਿ ਕਰਦੇ ਕਿ ਤੂੰ ਸਕੂਲ ਆਵਾਂ। ਅੱਛਾ ਅੱਛਾ ਅੱਛਾ। ਮੈਂ ਕਿਹਾ ਠੀਕ ਹੈ, ਫਿਰ ਮੈਂ ਫਿਰ ਸ਼ੁਰੂ ਕਰਦਾ ਪੜ੍ਹਾਉਣਾ, ਦੁਬਾਰਾ ਸਕੂਲ ਪੜ੍ਹਨਾ ਸ਼ੁਰੂ ਕਰ। ਲੋਕ ਆਖਣ ਵੀ ਮਾਸਟਰ ਛੱਡ ਆ ਰਹੇ ਆ, ਟਾਈਮ ਵੀ ਬੜੇ ਹੁੰਦੇ ਨੇ, ਇਹ ਆ ਕੇ ਬੜਾ ਹੁੰਦਾ ਕਿ ਸਾਨੂੰ ਇਹ ਕੰਮ ਸ਼ੁਰੂ ਹੋਇਆ। ਇਸ ਦੇ ਬਾਅਦ ਫਿਰ ਮੈਂ ਇੱਕ ਵਾਰੀ ਆਇਆ, ਜਿਹੜੇ ਮਾਸਟਰ ਨੇ ਉਹ ਬੇਕਾਰ ਹੈ, ਇੱਕ ਬਹੁਤਾ ਬੇਕਾਰ ਆ, ਇੱਕ ਨੂੰ ਬਣਾਇਆ ਗਿਆ ਬਾਰਿਕ ਬਣਾਏ, ਉਹਨੇ ਜਿਹੜਾ ਨਾ ਉਹ ਚੁੱਕਾ, ਉਹ ਹੁਸ਼ਿਆਰ ਬਹੁਤ ਆ, ਉਹਨੇ ਮੂਹਰੇ ਲਾ ਕੇ ਆਪਣੀ ਵਾਪਸੀ ਬਣਾਈ, ਅਤੇ ਬਾਹਰੋਂ ਗਿਆ ਮੈਂ ਇਹ ਕਿਹਾ ਕਿ ਸਕੂਲ ਅਜਿਹੇ ਕਰਦੇ ਆ, ਉਹ ਕਰਦੇ ਨੇ, ਬਾਹਰ ਵੀ ਬੜੇ ਪਰੇਸ਼ਾਨ ਹੈ, ਉਹਨੂੰ ਕਹਿੰਦੇ ਨੇ ਬਈ, ਮੈਂ ਕਿਹਾ ਬਾਬੂ ਤੁਸੀਂ ਸਿਰਚਿਟ ਲਈਓ ਅਤੇ ਆ ਕੇ ਚੈੱਕ ਕਰੋ ਚੀਜ਼ਾਂ, ਅਤੇ ਮੈਂ ਫਿਰ ਬਾਕੀ ਕੰਮ ਸੰਭਾਲ ਲੱਗਾ। ਉਹਨੇ ਚਿੱਠ ਲਈ, ਮੈਂ ਜਾ ਕੇ ਪਹਿਲਾਂ ਸਾਰਿਆਂ ਨੂੰ ਸਾਇੰਸ ਦਾ ਸਮਾਨ ਚੈੱਕ ਕੀਤਾ, ਅਸੀਂ ਸਾਇੰਸ ਦਾ ਸਮਾਨ ਲੈਂਦੇ ਆ, ਖੇਡਣ ਦਾ ਸਾਇੰਸ ਦਾ ਪੂਰਾ ਸਭ ਪੂਰੇ ਪ੍ਰੈਕਟੀਕਲ ਕਰਾਈ ਦੇ, ਸਮਾਨ ਚੈੱਕ ਕਰਕੇ ਤਾਲ ਮਾਰਦੇ ਚਾਬੀ ਆਪਣੇ ਕੋਲ, ਹੁਣ ਚਲੋ ਬਾਬਾ। ਫਿਰ ਬੱਚੇ ਕੋਲ ਪੁੱਛਿਆ ਭਾਈ ਕਿੰਨੇ ਕਿੰਨੇ ਪੈਸੇ ਲੈਣੇ ਮਾਸਟਰ ਕੋਲ, ਲਿਸਟ ਬਣਾਈ, ਮੇਰਾ ਗਲਾ ਗੜਬੜ ਕਰ ਲਈ। ਕੋਈ ਮਸਲ ਜਿਤਨੀ ਗੱਲ ਹੈ ਇਤਨੀ ਕਾਫੀ, ਮੈਂ ਉਹ ਹੀ ਸਟੋਰੀ ਪੁੱਛਣੀ ਸੀ ਕਿ ਬਾਹਰਾਂ ਦੇ ਨਾਲ ਜਿਹੜਾ ਸਾਰਾ ਇੰਟਰੈਕਸ਼ਨ ਮੇਰੇ ਰਿਜ਼ੀ ਬਰੀ ਵਾਲਾ, ਤਲਕਾਤ ਹੋ ਗਏ ਨੇ, ਪਹਿਲਾਂ ਮਾਫੀ ਦੀ ਥੋੜ੍ਹੀ ਬਹੁਤ, ਲੇਕਿਨ ਜਦੋਂ ਸਕੂਲ ਦੀ ਪੜ੍ਹਾਉਣਾ ਸ਼ੁਰੂ ਕੀਤਾ ਫਿਰ ਜ਼ਿਆਦਾ ਅੱਛੇ ਤਲਕਾ, ਇਹ ਤਾਂ ਮੇਰੇ ਕੋਲ ਫੈਮਿਲੀ ਤਲਕਾਤ ਹੋ ਗਈ ਹੈ। ਬਿਲਕੁਲ ਸਹੀ, ਬਿਲਕੁਲ ਸਹੀ। ਫਿਰ ਉਹਨੇ ਘਰ ਜਾਈ ਆ ਨਾ ਗਏ ਨਾ, ਅਤੇ ਇੱਕ ਵਾਰੀ ਉਹ ਬਾਹਰੇ ਉਹਨਾਂ ਨੂੰ ਅੰਗਰੇਜ਼ੀ ਜਾਂਦੇ ਕੋਈ ਨਹੀਂ, ਜਪਾਨੀ ਜ਼ਬਾਨ 'ਚ ਫਿਰ ਚੀਨੀ 'ਚ, ਅਤੇ ਮੈਂ ਕਿਹਾ ਨਹੀਂ ਮੈਂ ਨਹੀਂ ਪੀਣੀ ਚਾਹ, ਉਹਨੇ ਬੜਾ ਕਰੇਗੇ, ਮੈਨੂੰ ਪਤਾ ਮੈਂ ਕਿਹੜੇ ਸਮਝਦਾ, ਮੈਂ ਹੋਰ ਨਾ ਆਖਣਾ ਕਿ ਇਸ ਵੇਲੇ, ਅਤੇ ਬੜੇ ਆਉਂਦੇ ਇਸ ਵੇਲੇ ਘਰ ਦੇ ਆਉਂਦੇ ਸਾਰੇ ਜਿੰਨੇ ਰੱਬ। ਅੱਛਾ, ਤਾਂ ਲੱਗਾ ਮੇਜਰ ਅਜ਼ੀਜ਼ ਭੱਟੀ ਨਾਲ ਵੀ ਮੁਲਾਕਾਤ ਕਦੇ ਹੋਈ? ਮੇਜਰ ਅਜ਼ੀਜ਼ ਭੱਟੀ ਨਾਲ ਮੁਲਾਕਾਤ ਹੋਈ, ਉਹਨਾਂ ਦੇ ਘਰ ਲਾਦੀਆਂ ਹੁੰਦੀ ਰਹੀ, ਲਾਦੀਆਂ ਲਾਦੀਆਂ ਹੁੰਦੀ, ਉਹਨਾਂ ਦਾ ਇਹ ਕਿ ਤਾਂ ਹੀ ਉਹ ਗਏ ਨਾ ਕੈਨੇਡਾ ਕੋਰਸ ਵਾਸਤੇ, ਹਾਂਜੀ ਹਾਂਜੀ, ਉਹ ਬੱਚੇ ਇੱਥੇ ਛੱਡ ਗਏ ਵੱਡੇ, ਉਹ ਬੱਚਾ ਉਹ ਜਿਹੜਾ ਉਹ ਮੈਨੂੰ ਪਤਾ ਪਹਿਲੀ ਜਾ ਉਸਨੇ, ਅੱਛਾ, ਉਹ 'ਚ ਆਉਂਦਾ ਸਕੂਲ ਬਾਬਰਾਂ ਨਾਲ ਲਾਉਂਦਾ, ਹਾਂ, ਉਹ ਮੈਂ ਜੇ ਕਹਿ ਰਿਹਾ ਕੋ ਮੈਨੂੰ ਯਾਦ ਤਾਂ ਪਹਿਲਾਂ, ਉਹ ਫਿਰ ਬਾਅਦ ਮੇਜਰ ਰਿਹਾ ਹੋ ਗਏ, ਇਹਦੇ ਨਾਲ ਵੀ ਕਿਸੇ ਦਿਨ ਫਿਰ ਫੈਮਿਲੀ ਦਾ ਲਗਾ ਧੋ ਕੇ ਮਾਮਾ ਨਹੀਂ ਇਹ ਸਾਰੇ ਸਾਡੇ ਨਾਲ, ਰਸ਼ੀਦਾ ਹੀ ਆਪਾਂ ਬੀਬੀ ਰਾਂ ਦੀ ਮਤਲਬ ਭੈਣ, ਸਾਰੇ ਲੋਕ ਫੈਮਿਲੀ ਦਾ ਲਗਾ ਧੋ ਗਏ,
ਬਸ ਮੇਰਾ ਇਹ ਸੀ ਮੈਂ ਇਹਦਾ ਇੱਕ ਤਾਰੀਖ ਦਾ ਹਿੱਸਾ ਉਹ ਦੇਖਾਂ ਵੀ ਕਿਸ ਸੂਰਤ ਹਾਲ ਬਣੀ ਸੀ ਨਹੀਂ ਅਸੀਂ ਬਣਾ ਬੁਰਾ ਕਿ ਤਾਰੀਖ ਕੰਮ ਕੀ ਦੇਣਾ ਚਲੋ ਇਹ ਮੈਂ ਫਿਲਹਾਲ ਰਿਕਾਰਡ ਦਾ ਹਿੱਸਾ ਰੱਖਦਾ ਨਾ ਫਿਰ ਬਾਕੀ ਬਾਅਦ ਵਿੱਚ ਇਨਸ਼ਾਅੱਲਾ ਕਰਾਂਗੇ ਤੋ ਬੜੀ ਤਾਰੀਖ ਕੰਮ ਕੀ ਦੇਣਾ ਇਨਸ਼ਾਅੱਲਾ ਮੈਂ ਇਹੀ ਕਰਨਾ ਬਈ ਫਿਰ ਜਾ ਕੇ ਅੱਠਵੀਂ ਅੱਠ ਕਲਾਸਾਂ ਨਾ ਅਸੈਂਬਲੀ ਕਰਾ ਕੇ ਸ਼ੁਰੂ ਕਰਾ ਦਿੰਦਾ ਬਾਕੀ ਪੰਜ ਦੀ ਸਰਕਾਰੀ ਆ ਉਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਆ ਸਰਕਾਰੀ ਹੈ ਕਿ ਨਹੀਂ ਇਹ ਸਰਕਾਰੀ ਸਕੂਲ ਹੈ ਕਿ ਗੈਰ ਸਰਕਾਰੀ ਕਿਸੇ ਨੂੰ ਪਤਾ ਨਹੀਂ ਆ ਅਸੀਂ ਇਕੱਠਾ ਕੀਤੇ ਹਿਸਾਬਾ ਤਾਂ ਉਹਨਾਂ ਨੂੰ ਮਾਸਟਰ ਬੜੇ ਖੁਸ਼ ਹੈ ਉਹਨਾਂ ਆਪਣੇ ਅੱਠ ਦਸ ਵਜੇ ਨਾਲ ਆਉਣਾ ਆਰਾਮ ਨਾਲ ਅੱਗੇ ਕਲਾਸਾਂ ਸਾਰੀਆਂ ਲੱਗੀਆਂ ਜਿਹੜੀ ਕਲਾਸ ਚ ਆਉਂਦੇ ਨਾ ਮਿੰਟ ਉਹਨਾਂ ਨੂੰ ਬਾਹਰ ਕੇ ਕੰਮ ਤੇ ਲਾਇਆ ਹੋਣਾ ਅਤੇ ਬੜੇ ਬੱਚੇ ਇਸ ਗੱਲੇ ਸ਼ੁਰੂ ਕਰਦੇ ਵੀ ਮਾਸਟਰ ਨੂੰ ਨਾਰਾਜ਼ ਹੋਣਗੇ ਇਹ ਵੀ ਮਾਰਨ ਆਈ ਆ ਜਿਹੜਾ ਨਾਰਾਜ਼ ਹੋਣਗੇ ਅਤੇ ਬੜੇ ਅੱਛੇ ਤਰੀਕੇ ਨਾਲ ਕੰਮ ਕੀਤਾ ਇਹ 1954 ਦੀਆਂ ਗੱਲਾਂ ਨੇ ਇਹ 1954 54 ਦੀਆਂ ਗੱਲਾਂ ਚਲੋ ਮੈਂ ਬਾਜੀ ਜਿਹੜੇ ਆਇਆ ਨਾ 56 ਚ ਹਾਂ ਛੁੰਜਾ ਚ ਆਇਆ ਜੀ ਜੀ ਅਤੇ ਤਾਂ ਫਿਰ ਜਾ ਕੇ 3ਵੀਂ ਛੁੱਟੀ ਨਾ ਫਿਰ ਬਾਹਰਾਂ ਨੂੰ ਧਰਦੇ ਚਲਾਉਂਦੇ ਨੇ ਆ ਜਾਓ ਮੈਦਾਨ 'ਚ ਉਹ ਮੈਂ ਫਿਰ ਤਾਂ ਲਗਾ ਰਿਹਾ ਹਾਂ